ਭਾਰਤੀ ਕਿਸਾਨ ਯੂਨੀਅਨ ਵੱਲੋਂ ਨੈਸ਼ਨਲ ਹਾਈਵੇ ਉੱਤੇ ਜਾਮ ਲਗਾ ਕੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਰਾਸ਼ਟਰੀ ਰਾਜਮਾਰਗ 12 ਵਿੱਚੋਂ ਲੈ ਕੇ ਦੁਪਹਿਰ ਦੇ ਭੋਜਨ ਬੰਦ ਰਿਹਾ। ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਵੀ ਆਪਣਾ ਕੰਮਕਾਜ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱਤਾ। ਆਰਐਸਐਸ ਨੇ ਕਿਹਾ ਕਿ ਉਹ ਬਿਜਾਈ ਕਿਸਾਨਾਂ ਦੇ ਨਾਲ ਸਨ ਅਤੇ ਰਹਿਣਗੇ ਅਤੇ ਜਦ ਤੱਕ ਉਹਨਾਂ ਨੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਉਹਨਾਂ ਦੇ ਨਾਲ ਪ੍ਰਦਰਸ਼ਨ ਜਾਰੀ ਰੱਖਣਗੇ। ਭਾਰਤੀ ਕਿਸਾਨ ਯੂਨੀਅਨ ਨੇ ਉਹਨਾਂ ਦੇ ਨਾਲ ਧਰਨਾ ਦੇਣ ਵਾਲੀ ਸੰਸਥਾਵਾਂ ਦਾ ਧੰਨਵਾਦ ਕੀਤਾ। ਫਗਵਾੜਾ ਤੋਂ ਗੁਰਮੀਤ ਸਿੰਘ ਟਿੰਕੂ ਦੀ ਰਿਪੋਰਟ। ਨਰਿੰਦਰ ਮੋਦੀ ਸਰਕਾਰ ਉਹਦੇ ਵੱਲੋਂ ਜਿਹੜੇ 3 ਆਰਡੀਨੈਂਸ ਖੇਤੀ ਵਿਰੁੱਧ ਲਿਆਉਂਦੇ ਗਏ ਅਤੇ ਇੱਕ ਜਿਹੜਾ ਬਿਜਲੀ 2020 ਬਿੱਲ ਲਿਆਉਂਦਾ ਗਿਆ ਉਹਦੇ ਖਿਲਾਫ ਹੈ ਇਹ ਕਿ ਇਹ ਆਰਡੀਨੈਂਸ ਨਰਿੰਦਰ ਮੋਦੀ ਵਾਪਸ ਲਵੇ। ਇਹ ਸਾਡੀਆਂ 11 ਜਥੇਬੰਦੀਆਂ ਵੱਲੋਂ ਯੂਨੀਅਨ ਵੱਲੋਂ ਇੱਕ ਕੋਆਰਡੀਨੇਸ਼ਨ ਮੀਟਿੰਗ ਬਣਾਈ ਗਈ ਸੀ ਉਹਦੇ ਵੱਲੋਂ ਸੱਦਾ ਅੱਜ ਪੂਰੇ ਪੰਜਾਬ ਦੀਆਂ ਹਾਈਵੇ ਸੜਕਾਂ ਬੰਦ ਕਰਨ ਦਾ ਔਰ ਇਹਨੂੰ ਬੰਦ ਕਰਕੇ ਅੱਜ ਆਪਣਾ ਰੋਸ ਵਿਅਕਤ ਕਰ ਰਹੇ ਹਾਂ। ਅੱਜ ਇਹ ਸਿਰਫ 2 ਘੰਟੇ ਵਾਸਤੇ ਹੈ। ਅਗਰ ਇਹ ਜਿਹੜੀ ਸਰਕਾਰ ਹੈ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਅਗਲੀ ਰਣਨੀਤੀ ਤਹਿ ਕਰਕੇ ਇਹ ਸੰਘਰਸ਼ ਜਿਹੜਾ ਲੰਬਾ ਕਰਾਂਗੇ ਔਰ ਪੂਰੇ ਹਿੰਦੁਸਤਾਨ ਦੀਆਂ ਟ੍ਰੇਨਾਂ ਸੜਕਾਂ ਪੂਰੀ ਆਵਾਜਾਈ ਠੱਪ ਕਰਾਂਗੇ ਔਰ ਦਿੱਲੀ ਦਾ ਘਿਰਾਓ ਕਰਾਂਗੇ। ਦਿੱਲੀ ਦਾ ਹੁਕਮ ਬੰਦ ਕਰਦੇ ਹਾਂ। ਜਿਸ ਤਰ੍ਹਾਂ ਤੁਹਾਡੇ ਵੱਲੋਂ ਮਿਲਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਗਏ, ਬਕਾਇਆ ਰਾਸ਼ੀ ਜਿਹੜਾ ਫਗਵਾੜਾ ਮਿਲਦੀ ਹੈ ਕਾਫੀ ਖੜੀ ਹੈਗੀ, ਉਸ ਸੰਬੰਧ ਵਿੱਚ ਧਰਨਾ ਪ੍ਰਦਰਸ਼ਨ ਸਰਕਾਰ ਵੱਲੋਂ ਭਰੋਸਾ ਵੀ ਦਵਾਇਆ ਗਿਆ ਪਰ ਹੁਣ ਤੱਕ ਨਹੀਂ ਮਿਲਿਆ, ਉਸ ਤੋਂ ਤੁਹਾਡੇ ਕੀ ਕਹਿਣਾ? ਦੇਖੋ ਜੀ, ਸਰਕਾਰਾਂ ਇਹੀ ਤਾਂ ਸਾਡਾ ਰੌਲਾ ਜੀ, ਇਹ ਸਾਡਾ ਝਗੜਾ ਕਿ ਇੱਕ ਛੋਟੀ ਜਿਹੀ ਮਿੱਲ ਫਗਵਾੜਾ ਆ ਉਹਦਾ 75 ਕਰੋੜ ਕਿਸਾਨਾਂ ਦਾ ਬਕਾਇਆ ਪਿਛਲੇ ਸੀਜ਼ਨ ਦਾ ਖੜਾ। ਅੱਛਾ, ਸਰਕਾਰ ਦੇ ਵਿੱਚ ਨੁਮਾਇੰਦੇ ਬਹਿ ਕੇ ਡੀਸੀ ਸਾਹਿਬ ਇਹ ਜਿਹੜਾ ਫੈਸਲੇ ਕਰਕੇ ਲਿਖਤੀ 'ਚ ਉਹ ਤੋਂ ਮੁੱਕਰ ਗਏ, ਉਹ ਫੈਸਲੇ ਲਾਗੂ ਨਹੀਂ ਕੀਤੇ। ਪਰ ਇਹ ਜਿਹੜਾ ਦੇਖੋ, ਜੇਕਰ ਇੱਥੇ ਬੜੀ ਬੜੀਆਂ ਕੰਪਨੀਆਂ ਜੀਓਬੰਦੀਆਂ ਆ ਗਈਆਂ ਅਤੇ ਉਹ ਕਿਸਾਨ ਦੀ ਜਿਨਸ ਖਰੀਦ ਕੇ ਚਲੀਆਂ ਗਈਆਂ, ਉਹ ਪੈਸਾ ਕੌਣ ਦਵਾਏਗਾ? ਔਰ ਦੂਸਰੀ ਗੱਲ, ਉਹ ਕਿਸਾਨਾਂ ਦੀ ਲੁੱਟ ਖਣਗੇ, ਮਨ ਮਰਜ਼ੀ ਦਾ ਮੁੱਲ ਦੇਣਗੇ। ਜਿਵੇਂ ਕਿ ਹੁਣ ਮੱਕੀ ਹੈ 1850 MSP ਹੈ ਅਤੇ ਉਹ 800 ਵਿਕ ਰਹੀ ਹੈ। ਇਸੇ ਤਰ੍ਹਾਂ ਤੁਹਾਡਾ ਜਿਹੜਾ ਸੂਰਜਮੁਖੀ ਹੈ ਉਹ ਘੱਟ ਰੇਟ 'ਤੇ ਵਿਕ ਰਿਹਾ। 23 ਕਿਸਮਾਂ 'ਤੇ MSP ਹੈ ਜਿਹੜੀਆਂ ਵਿੱਚੋਂ 2 ਹੀ ਵਿਕਦੀਆਂ ਸੀ, ਉਹ ਵੀ ਅਜੇ ਵਾਪਸ ਲੈਣ ਲੱਗੇ ਹਨ। ਇਸ ਕਰਕੇ ਇਹ ਜਿਹੜੀਆਂ ਮਾਰੂ ਨੀਤੀਆਂ ਨੇ, ਫਗਵਾੜਾ ਮਿਲ ਦਾ ਜਿਹੜਾ ਬਕਾਇਆ ਖੜਾ ਉਹ ਵੀ ਸੰਘਰਸ਼ ਜਿਹੜਾ ਆ ਉਹ ਨਾਲ ਹੀ ਚੱਲ ਰਿਹਾ। ਉਹਨਾਂ ਦਾ ਅਸੀਂ ਸਾਰੀ ਪ੍ਰੋਪਰਟੀ ਸੇਲ ਕਰਾ ਕੇ, ਕਿਉਂਕਿ ਜੋ ਹੋ ਗਏ ਨੇ ਸੇਲ ਕਰਾ ਕੇ ਅਸੀਂ ਉਹ ਪੈਸੇ ਕਿਸਾਨਾਂ ਨੂੰ ਦਵਾ ਕੇ ਹਟਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।